ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਦ ਰਵਿੰਦਰ ਸਿੰਘ ਤਰਨ ਤਾਰਨ ਸਾਹਿਬ ਦੇ ਮੇਰੇ ਚੈਨਲ ਦੇ ਸਾਰੇ ਵੀਰਾਂ ਨੂੰ ਵੈਦ ਰਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਵੀਰੋ, ਅੱਜ ਤੁਹਾਨੂੰ ਪਾਲਕ, ਬਾਥੂ ਅਤੇ ਚਲਾਈ ਦੇ ਸਾਗ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਹਨਾਂ ਤਿੰਨਾਂ ਚੀਜ਼ਾਂ ਦਾ ਆਪਣੇ ਸਰੀਰ ਨੂੰ ਕੀ ਫਾਇਦਾ ਹੁੰਦਾ ਵਾ, ਉਹਨਾਂ ਦਾ ਤੁਹਾਨੂੰ ਸਾਰਾ ਦੱਸਾਂਗੇ। ਜਿਵੇਂ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਆਮ ਹੀ ਆਪਾਂ ਦੇਖਦੇ ਹਾਂ ਪਾਲਕ, ਬਾਥੂ ਅਤੇ ਚਲਾਈ ਦਾ ਪਿੱਛੇ ਪੁਰਾਣੇ ਜਿੰਨੇ ਵੀ ਆਪਣੇ ਬਜ਼ੁਰਗ ਸੀ ਉਹ ਸਾਗ ਬਣਾ ਕੇ ਖਾਂਦੇ ਹੁੰਦੇ ਸੀ। ਮਹੀਨੇ ਦੇ ਵਿੱਚ 2-3 ਵਾਰ ਜ਼ਰੂਰ ਪੱਕਾ ਖਾਂਦੇ ਸੀ। ਇਸ ਚੀਜ਼ ਦਾ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾ। ਜਿਵੇਂ ਬਾਥੂ ਦੇ ਵਿੱਚ ਕੁਦਰਤੀ ਤੌਰ 'ਤੇ ਗੁਣ ਹੁੰਦਾ ਵਾ, ਜਿਵੇਂ ਗੁਣ ਹੁੰਦਾ ਵਾ ਪ੍ਰਕਿਰਤਕ ਤੌਰ 'ਤੇ ਜਿਹੜੇ ਆਪਣੇ ਵਾਲਾਂ ਨੂੰ ਆ ਇਹ ਕਾਲਾ ਰੱਖਦਾ ਵਾ, ਜਲਦੀ ਚਿੱਟੇ ਨਹੀਂ ਹੋਣ ਦਿੰਦਾ। ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ, ਫਾਸਫੋਰਸ, ਵਿਟਾਮਿਨ ਏ, ਡੀ ਬਹੁਤ ਹੀ ਜ਼ਿਆਦਾ ਪਾਏ ਜਾਂਦੇ ਆ, ਜਿਸ ਦੇ ਸਰੀਰ ਨੂੰ ਬੜੇ ਫਾਇਦੇ ਹੁੰਦੇ ਆ। ਕਬਜ਼ ਅਤੇ ਪਾਚਨ ਪ੍ਰਕਿਰਿਆ ਜਿਹੜੀ ਆ, ਪੇਟ ਦੀ ਆਪਣੀ ਪਾਚਨ ਪ੍ਰਕਿਰਿਆ ਉਹਨੂੰ ਬਿਲਕੁਲ ਠੀਕ ਰੱਖਦਾ ਵਾ। ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਇਹਦੇ ਵਿੱਚ, ਪੀਲੀਆ ਨਹੀਂ ਹੋਣ ਦਿੰਦਾ। ਜਿਵੇਂ ਕਿ ਕੋਈ ਵੀ ਚਮੜੀ ਰੋਗ ਆ ਉਹਦੇ ਵਾਸਤੇ ਬਹੁਤ ਵਧੀਆ ਵਾ। ਉਸ ਤੋਂ ਅੱਗੇ ਚਲਾਈ ਜਿਹੜੀ ਆ ਇਹ ਬਹੁਤ ਹੀ ਜ਼ਿਆਦਾ ਮਤਲਬ ਐਂਟੀ ਆਕਸੀਡੈਂਟ ਹੁੰਦੀ ਆ, ਕੈਂਸਰ ਤੱਕ ਬਿਮਾਰੀਆਂ ਨੂੰ ਜਿਹੜੀ ਆ ਰੋਕਣ ਦੇ ਵਿੱਚ ਸਹਾਇਤਾ ਕਰਦੀ ਆ। ਜਿਵੇਂ ਸ਼ੂਗਰ ਅੱਖਾਂ ਵਾਸਤੇ ਬਹੁਤ ਵਧੀਆ ਹੁੰਦੀ ਆ। ਵਿਟਾਮਿਨ ਏ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਵਾ, ਉਸ ਦੇ ਨਾਲ ਆਪਣੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਆ ਉਹ ਛੇਤੀ ਮਤਲਬ ਕਮਜ਼ੋਰ ਨਹੀਂ ਹੁੰਦੀ, ਲੰਬੀ ਉਮਰ ਤੱਕ ਬਣੀ ਰਹਿੰਦੀ ਆ, ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਆ। ਪਾਲਕ ਬਾਰੇ ਤਾਂ ਆਮ ਹੀ ਆਪਾਂ ਸਾਰਿਆਂ ਨੂੰ ਇਸ ਦੇ ਗੁਣਾਂ ਬਾਰੇ ਪਤਾ ਵਾ, ਬਹੁਤ ਹੀ ਜ਼ਿਆਦਾ ਇਹਦੇ ਗੁਣ ਹੁੰਦੇ ਆ। ਜਿਵੇਂ ਕਿ ਆਮ ਹੀ ਭੈਣਾਂ ਨੂੰ ਰਕਵਰੀ ਦੀ ਸ਼ਿਕਾਇਤ ਹੁੰਦੀ ਆ, ਉਹਦੇ ਵਾਸਤੇ ਪਾਲਕ ਦਾ ਬਹੁਤ ਹੀ ਵਧੀਆ ਗੁਣ ਦੱਸਿਆ ਗਿਆ ਵਾ। ਜਿਵੇਂ ਕਿ ਜ਼ਿਆਦਾ ਲਕੋਰੀਆ ਪੈਣ ਦੇ ਨਾਲ ਅੱਖਾਂ ਥੱਲੇ ਕਾਲੇ ਘੇਰੇ, ਛਾਈਆਂ ਅਤੇ ਚਿਹਰੇ ਦਾ ਮੁਰਝਾ ਜਾਣਾ, ਇਹ ਕਾਫ਼ੀ ਲਾਮਤਾਂ ਦੇਖੀਆਂ ਜਾਂਦੀਆਂ ਵਾ, ਉਹਨਾਂ ਵਾਸਤੇ ਪਾਲਕ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀ ਆ। ਪਾਲਕ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੈ ਕੇ ਖਾਂਦੇ ਰਹਿਣਾ ਚਾਹੀਦਾ ਵਾ। ਇਹਦੇ ਨਾਲ ਚਿਹਰੇ ਦੀ ਚਮਕ, ਆਇਰਨ, ਕੈਲਸ਼ੀਅਮ ਅਤੇ ਛਾਈਆਂ ਦੂਰ ਹੁੰਦੀਆਂ ਵਾ। ਹੁਣ ਤੁਹਾਨੂੰ ਇਹਨਾਂ ਚੀਜ਼ਾਂ ਦਾ ਜੋ ਦੱਸੀਆਂ ਵਾ ਉਹ ਖੁਦ ਅਸੀਂ ਤੋੜ ਕੇ ਲਿਆ ਕੇ ਅਸੀਂ ਖੁਦ ਵੀ ਉਹਦਾ ਸਾਗ ਬਣਾ ਕੇ ਅੱਜ ਖਾਣਾ ਵਾ, ਅਤੇ ਤੁਹਾਨੂੰ ਵੀ ਸਾਰਾ ਕੁਛ ਉਹਦੇ ਬਾਰੇ ਦੱਸਾਂਗੇ, ਵਿਖਾਵਾਂਗੇ। ਆਓ ਚੱਲਦੇ ਹਾਂ ਤੋੜਨ ਵਾਸਤੇ ਜੀ। ਆਹ ਵੀਰ ਜੀ ਬਾਥੂ ਦਾ ਪੌਦਾ ਵਾ, ਇਸ ਤੋਂ ਬਾਅਦ ਚਲਾਈ, ਫਿਰ ਪਾਲਕ ਤੋੜਾਂਗੇ। ਪ੍ਰਭਜੀਤ ਕੌਰ ਮੇਰੇ ਨਾਲ ਹੈਲਪ ਕਰ ਰਹੀ ਆ। ਹਾਂਜੀ, ਆਹ ਚਲਾਈ ਦਾ ਪੌਦਾ ਵਾ। ਆਮ ਹੀ ਜਿੰਨੇ ਵੀ ਪਿੰਡਾਂ ਦੇ ਵਿੱਚ ਵੀਰ ਵੱਸਦੇ ਆ ਉਹਨਾਂ ਸਾਰਿਆਂ ਨੂੰ ਇਸ ਪੌਦੇ ਦੀ ਪਹਿਚਾਣ ਆ, ਕਿਉਂਕਿ ਸਾਰੇ ਹੀ ਇਹਨਾਂ ਦਿਨਾਂ ਦੇ ਵਿੱਚ ਬਾਥੂ, ਚਲਾਈ ਅਤੇ ਪਾਲਕ ਅਤੇ ਵਿੱਚ ਨਾਲ ਛੋਲਿਆਂ ਦੀ ਦਾਲ ਵੀ ਪਾ ਲੈਂਦੇ ਆ, ਪਾ ਕੇ ਸਾਗ ਤਿਆਰ ਕਰਕੇ ਖਾਂਦੇ ਆ, ਜੋ ਕਿ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ। ਆ ਵੀਰੋ, ਘਰ ਦੇ ਨਾਲ ਅਸੀਂ ਗਰਮੀ ਦੀਆਂ ਸਾਰੀਆਂ ਸਬਜ਼ੀਆਂ ਲਾਈਆਂ ਵਾਂ, ਜਿਵੇਂ ਧਨੀਆ, ਖੀਰੇ, ਤਰਾਂ, ਕਰੇਲੇ, ਘੀਆ ਤੋਰੀ, ਲੌਕੀ, ਕੱਦੂ, ਮਿਰਚਾਂ, ਬਤਾਊ, ਗੰਢੇ, ਮੂਲੀਆਂ, ਟਮਾਟਰ,
ਤੇ ਗਰਮੀਆਂ ਵਾਲੀ ਪਾਲਕ ਲਾਈ ਆ, ਬਹੁਤ ਹੀ ਵਧੀਆ ਪਾਲਕ ਆ ਇਹ, ਆਪਾਂ ਤੋੜ ਕੇ ਸਾਗ ਦੇ ਵਿੱਚ ਪਾਵਾਂਗੇ। ਗੰਨੇ ਵੀ ਲਾਏ ਆ, ਹਰ ਇੱਕ ਚੀਜ਼ ਜਿਹੜੀ ਆ ਔਰਗੈਨਿਕ ਤਿਆਰ ਕੀਤੀ ਆ, ਖਾਦਾਂ ਸਪਰੇਆਂ ਤੋਂ ਬਗੈਰ ਤਿਆਰ ਕਰਕੇ ਖਾਈ ਦੀ ਆ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀ ਆਪਣੇ ਘਰਾਂ ਦੇ ਲਾਗੇ ਬੰਨੇ ਜਿਨ੍ਹਾਂ ਦੀ ਜਗ੍ਹਾ ਹੈਗੀ ਆ, ਪੈਲੀਆਂ ਹੈਗੀਆਂ ਵਾ, ਉਹ ਆਪਣੇ ਜੋਗੀ ਔਰਗੈਨਿਕ ਸਬਜ਼ੀਆਂ ਤਿਆਰ ਕਰਕੇ ਬੱਚਿਆਂ ਨੂੰ ਖਵਾਇਆ ਕਰੋ। ਥੱਲੇ ਵੱਢ ਕੇ ਨਾ ਲਿਫਾਫੇ 'ਚ ਪਾ, ਚੰਗਾ? ਹਾਂ, ਉੱਤੋਂ ਉੱਤੋਂ, ਹਾਂ ਇੱਥੋਂ, ਚੱਲ ਚੱਲ ਪਾ ਦੇ ਲਿਫਾਫੇ 'ਚ। ਚੰਗੀ ਤਰ੍ਹਾਂ ਧੋ ਕੇ ਫਿਰ ਕੋਈ ਵੀ ਚੀਜ਼ ਜਿਹੜੀ ਆ ਉਹ ਬਣਾਉਣੀ ਚਾਹੀਦੀ ਆ। ਹਾਂਜੀ, ਬਿਲਕੁਲ ਰੈਡੀ ਹੋ ਗਿਆ ਸਾਗ ਬਣ ਕੇ, ਤੜਕਾ ਲੱਗ ਗਿਆ। ਆਓ ਸਾਰੇ ਵੀਰਾਂ ਨੂੰ ਛਕਾਈਏ ਥੋੜ੍ਹਾ ਥੋੜ੍ਹਾ। ਸਤਨਾਮ ਸ਼੍ਰੀ ਵਾਹਿਗੁਰੂ। ਆਓ ਵੀਰ ਜੀ, ਛਕੋ ਸਾਗ ਦੇ ਨਾਲ ਰੋਟੀ।